ਪ੍ਰਧਾਨ ਜੀ, ਆਪਾਂ ਜੇ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ, ਤੁਸੀਂ ਕਹਿ ਲਓ ਕਿ ਜਿਹੜੇ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਲਈ ਆਵਾਜ਼ ਬੁਲੰਦ ਕਰ ਰਹੇ ਸੀ ਪਾਰਟੀ ਵੱਲੋਂ, ਤਾਂ ਅੱਜ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਹਿ ਲਓ ਕਿ ਉਹਨਾਂ ਨੂੰ ਹੱਕ ਦੇ ਸੁਣਵਾਈ ਹੋਣ ਜਾ ਰਹੀ ਆ, ਕਿੱਦਾਂ ਦੇਖਦੇ ਕਿ ਪਾਰਟੀ ਵੱਲੋਂ ਜਿਹੜੀ ਕਿ ਉਹਨਾਂ ਪ੍ਰਤੀ ਜਿਹੜੀ ਕੀਤੀ ਗਈ ਸੰਘਰਸ਼? ਮੈਂ ਗੁਰਮੀਤਲਾ ਬਿੱਟੂ, ਪ੍ਰਧਾਨ ਏਕਤਾ ਪਾਰਟੀ। ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਹੈਗੇ ਆ। ਕਿਉਂਕਿ ਜਿਹੜਾ ਅੱਜ ਫੈਸਲਾ ਆਇਆ, ਇੱਕ ਤਾਂ ਪਾਰਟੀ ਕਾਫੀ ਸਾਲਾਂ ਤੋਂ ਮੈਂ ਸਮਝਦਾ ਵੀ ਕਾਂਗਰਸ ਦੀ ਨਲਾਇਕੀ ਕਰਕੇ, ਕਿਉਂਕਿ ਜਿਹੜਾ ਫੈਸਲਾ ਅੱਜ ਆਇਆ, ਇਹ ਫੈਸਲਾ ਜਿਹੜਾ 2017 'ਚ ਵੀ ਆ ਸਕਦਾ, ਪਹਿਲਾਂ ਵੀ ਆ ਸਕਦਾ ਸੀਗਾ, ਪਰ ਮੈਂ ਸਮਝਦਾ ਕਿ ਮੈਡਮ ਕਮਿਸ਼ਨਰ ਜਿਹੜੀ ਆ, ਜੂੰ ਇੱਥੇ ਹਲਕੇ ਕਪੂਰਥਲੇ 'ਚ ਆਈ ਹੈ, ਵੀ ਕਾਫੀ ਮੈਂ ਸਮਝਦਾ ਵੀ ਕਪੂਰਥਲੇ ਦਾ ਬਦਲਾਅ ਆਇਆ ਪਿਆ। ਪਰ ਦੇਖੋ ਵੀ ਇੱਕ ਨਗਰ ਕੌਂਸਲਰ ਸੀਗੀ, ਉਹਨੂੰ ਨਗਰ ਨਿਗਮ ਬਣਾ ਦਿੱਤਾ ਗਿਆ, ਹਾਲਾਂਕਿ ਸਿਰਫ ਇਹ ਨਗਰ ਕੌਂਸਲਰ ਲਾਇਕ ਹੈਗੀ ਸੀਗੀ, ਪਰ ਮੈਂ ਸਮਝਦਾ ਵੀ ਕਾਂਗਰਸੀਆਂ ਦੀ ਬਦੌਲਤ ਵੀ ਜਿਹੜੀ ਇਹ ਨਗਰ ਨਿਗਮ ਬਣ ਗਈ ਸੀਗੀ, ਵੀ ਇਹਨੂੰ ਕਵਰ ਕਰਨਾ ਬੜਾ ਔਖਾ ਸੀਗਾ, ਕਿਉਂਕਿ 50 ਵਾਰਡਾਂ ਜਿਹੜੀਆਂ ਸੀਗੀਆਂ, ਮੰਨ ਲਓ 50 MC ਸੀਗੇ, ਹਰ ਇੱਕ MC ਨੂੰ ਮੈਂ ਸਮਝਦਾ ਸਫਾਈ ਸੇਵਕ ਚਾਹੀਦਾ ਸੀਗਾ। ਪਰ ਦੇਖੋ ਸਰਕਾਰ ਹੁੰਦਿਆਂ ਨਹੀਂ ਕੁਛ ਬਣਿਆ। ਰਾਣਾ ਗੁਰਜੀਤ ਸਿੰਘ MLA ਸੀਗਾ, ਇਹਨਾਂ ਦੇ ਮੇਅਰ ਸੀਗੇ, ਇਹਨਾਂ ਦੇ ਕੌਂਸਲਰ ਸੀਗੇ, ਕਾਫੀ ਵਾਰੀ ਇਹਨਾਂ ਨੇ ਹੋਸਟ ਮੀਟਿੰਗਾਂ ਕੀਤੀਆਂ, ਪਰ ਮੈਂ ਸਮਝਦਾ ਉਹ ਬੇਛੱਟਾ ਰਹੀਆਂ। ਪਰ ਮੈਡਮ ਦੀ ਬਦੌਲਤ ਵੀ ਮੈਂ ਸਮਝਦਾ ਕਿ ਕਾਫੀ ਉਹਨਾਂ ਨੇ ਮਿਹਨਤ ਕੀਤੀ। ਏਕਤਾ ਪਾਰਟੀ ਨੇ ਸਮੇਂ ਸਮੇਂ 'ਤੇ ਸਫਾਈ ਸੇਵਕਾਂ ਦੇ ਅਤੇ ਨਗਰ ਨਿਗਮ ਦੇ ਆਗੂ ਵਰਕਰ ਜਿੰਨੇ ਵੀ ਉੱਥੇ ਹੈਗੇ ਸੀਗੇ ਸਰਕਾਰੀ, ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਮੈਂ ਸਮਝਦਾ ਵੀ ਇਹ ਆਵਾਜ਼ ਚੱਕੀ ਗਈ ਸੀਗੀ। ਕਿਉਂਕਿ ਦੇਖੋ ਹਰ ਇੱਕ ਵਾਰਡ ਦੇ ਵਿੱਚ ਸਫਾਈ ਸੇਵਕ ਚਾਹੀਦਾ। ਦੇਖੋ ਠੇਕੇ ਤਾਂ ਆਪਾਂ ਦੇਣੇ, ਉਹਦੇ ਨਾਲ ਨਹੀਂ ਸਿਸਟਮ ਚੱਲਦਾ, ਕਿਉਂਕਿ ਦੇਖੋ ਥੋੜ੍ਹੀਆਂ ਤਨਖਾਹਾਂ ਨਾਲ ਉਹਨਾਂ ਦੇ ਪਰਿਵਾਰ ਦੇ ਮੈਂ ਸਮਝਦਾ ਗੁਜ਼ਾਰੇ ਨਹੀਂ ਹੁੰਦੇ ਸੀਗੇ। ਪਰ ਅੱਜ ਦੇਖੋ ਵੀ ਚਲੋ ਦੇਰ ਆਇਆ ਦਰੁਸਤ ਆਇਆ, ਵੀ ਮੈਡਮ ਕਮਿਸ਼ਨਰ ਦੀ ਬਦੌਲਤ ਵੀ ਜਿਹੜਾ ਪੱਤਰ ਮਿਲਿਆ, ਉਹਦੇ ਵਿੱਚ ਮੈਂ ਸਮਝਦਾ ਨਾ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਲੋੜ ਹੈਗੀ ਹੈ, ਨਾ ਮੇਅਰ ਦੀ ਲੋੜ ਹੈਗੀ ਹੈ। ਉਹ ਸਾਰੀਆਂ ਪਾਵਰਾਂ ਮੈਂ ਸਮਝਦਾ ਵੀ ਇੱਕ ਛੱਤ ਥੱਲੇ ਦੇ ਕੇ ਇਹ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ। ਕਿ ਮੈਂ ਮੈਡਮ ਕਮਿਸ਼ਨਰ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਦੇਖੋ ਸ਼ਹਿਰ ਦੀ ਬੜੀ ਵੱਡੀ ਇੱਕ ਕੂੜੇ ਸਮੱਸਿਆ ਹੈਗੀ ਹੈ, ਹੁਣ ਤੁਹਾਡੇ ਕੋਲ ਮੈਂ ਸਮਝਦਾ ਪਾਵਰ ਹੈਗੀ ਹੈ, ਅਸੀਂ ਵੀ ਤੁਹਾਡੇ ਨਾਲ ਖੜ੍ਹੇ ਹਾਂ ਜਗ੍ਹਾ ਦਿਵਾਉਣ ਦੇ, ਅਸੀਂ ਵੀ ਹੱਕ 'ਚ ਹੈਗੇ ਹਾਂ ਕਿ ਸਰਕਾਰ ਜਿਹੜੀ ਹੈ ਕਪੂਰਥਲੇ ਵੱਲ ਨਿਗਾਹ ਮਾਰੇ, ਕਿਉਂਕਿ ਸਰਕਾਰਾਂ ਦੇ ਕੰਮ ਬਣਦੇ ਆ। ਵੀ ਜਿਹੜਾ ਮੈਡਮ ਕਮਿਸ਼ਨਰ ਨੇ ਰੋਲ ਨਿਭਾਇਆ, ਇਹ ਜਿਹੜੇ ਕਪੂਰਥਲੇ ਦੇ ਆਪ ਦੇ ਜਿਹੜੇ ਨੁਮਾਇੰਦੇ ਬਣੇ ਫਿਰਦੇ ਆ ਕੁਰਸੀਆਂ 'ਤੇ ਬਹਿ ਕੇ, ਇਹ ਰੋਲ ਉਹਨਾਂ ਦਾ ਬਣਦਾ ਸੀਗਾ, ਚਿੱਠੀਆਂ ਲਿਖਣ ਨਾਲ ਕੰਮ ਨਹੀਂ ਹੁੰਦਾ। ਦੌੜ ਭੱਜ ਕਰਕੇ ਮੈਂ ਸਮਝਦਾ ਵੀ ਜਿਹੜਾ ਮੈਡਮ ਨੇ ਰੋਲ ਨਿਭਾਇਆ, ਅਸੀਂ ਏਕਤਾ ਪਾਰਟੀ ਅਤੇ ਸ਼ਹਿਰ ਸਮੁੱਚੀ ਸ਼ਹਿਰ ਵੱਲੋਂ ਵੀ ਅਸੀਂ ਮੈਡਮ ਕਮਿਸ਼ਨਰ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਹਾਂਜੀ ਗੋਪਾਲ ਜੀ, ਪਿਛਲੇ 2 ਦਿਨਾਂ ਤੋਂ ਤੁਸੀਂ ਕਹਿ ਲਓ ਕਿ ਹੜਤਾਲ 'ਤੇ ਬੈਠੇ ਹੋ ਪੂਰੇ ਨਗਰ ਨਿਗਮ ਕਰਮਚਾਰੀ, ਤਾਂ ਐਜ਼ ਏ ਪ੍ਰੈਜ਼ੀਡੈਂਟ ਜਿਹੜੇ ਕਿ ਤੁਸੀਂ ਯੂਨੀਅਨ ਦੇ, ਕਿੱਦਾਂ ਦੇਖਦੇ ਜਦੋਂ ਕਿ ਸਰਕਾਰ ਵੱਲੋਂ ਤੁਹਾਡੀ ਮੰਗਾਂ ਨੂੰ ਕਿਸ ਤਰੀਕੇ ਨਾਲ ਪ੍ਰਵਾਨਗੀ ਦਿੱਤੀ ਗਈ ਆ? ਹੌਸਲਾ ਜੀ, ਦੇਖੋ ਪਹਿਲਾਂ ਵੀ ਐਜੀਟੇਸ਼ਨਾਂ ਲੜੀਆਂ, ਅੱਜ ਵੀ ਲੜ ਰਹੇ, ਅੱਜ ਤੀਸਰਾ ਦਿਨ ਹੋ ਗਿਆ, ਪਰ ਇੱਕ ਚਿੱਠੀ ਕੱਲ੍ਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਧਿਕਾਰ ਮਿਲੇ ਆ ਭਰਤੀ ਦੇ, ਉਹ ਬਹੁਤ ਵੱਡੀ ਜਿੱਤ ਆ, ਕਿਉਂਕਿ ਜਿੱਥੇ ਸਰਕਾਰ ਦੀ ਪੋਲਿਸੀ ਸੀ ਵੀ ਸਿੱਧੀ ਭਰਤੀ ਉੱਥੇ ਹੋਣੀ ਹੈ, ਉਹਨਾਂ ਨੇ ਮੈਡਮ ਨੂੰ ਕਪੂਰਥਲੇ ਦੀ ਭਰਤੀ ਲਈ ਅਧਿਕਾਰ ਦੇ ਦਿੱਤੇ ਆ। ਅਸੀਂ
ਮਾਨਯੋਗ ਕਮਿਸ਼ਨਰ ਸਾਹਿਬ ਨੂੰ ਹੁਣ ਮੰਗ ਕਰਦੇ ਹਾਂ ਵੀ ਤੁਹਾਡੇ ਕੋਲ ਅਧਿਕਾਰ ਆ, ਇਹ ਬੰਦਿਆਂ 'ਤੇ ਕਿਰਪਾ ਕਰੋ ਅਤੇ ਕੱਲ੍ਹ ਨੂੰ ਆਰਡਰ ਦੇ ਦਿਉ ਅਤੇ ਅਸੀਂ ਕੱਲ੍ਹ ਹੀ ਤੁਹਾਨੂੰ ਸਕੀਏ। ਤਾਂ ਕਿੱਦਾਂ ਦੇਖਦੇ ਕਿ ਕਹਿ ਲਓ ਕਿ ਇਹ ਜਿਹੜਾ ਕਿ ਤੁਹਾਡਾ ਸੰਘਰਸ਼ ਸੀ, ਜਿੱਥੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ, ਕਿੰਨੀਆਂ ਕੁ ਪਾਰਟੀਆਂ ਵੱਲੋਂ ਜਿਹੜੀ ਕਿ ਯੂਨੀਅਨ ਨੂੰ ਸਪੋਰਟ ਦਿੱਤੀ ਗਈ? ਦੇਖੋ ਜੀ, ਕਿਸੇ ਵੀ ਰਾਜਨੀਤਿਕ ਪਾਰਟੀ ਨੇ ਰੋਟੀਆਂ ਸੇਕੀਆਂ ਯੂਨੀਅਨ ਨੂੰ ਕਿਸੇ ਵੀ ਸਪੋਰਟ ਨਹੀਂ ਕੀਤੀ ਹੈ। ਜੇ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਅੱਜ ਤੋਂ ਪਹਿਲਾਂ ਵੀ ਬੰਦੇ ਰੱਖੇ ਜਾ ਸਕਦੇ ਸੀ, ਪਰ ਇਹ ਨਹੀਂ ਦਿਲੋਂ ਚਾਹੁੰਦੇ ਸੀਗੇ। ਅੱਜ ਵੀ ਚਾਹੇ ਮੌਜੂਦਾ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ, ਕਿਸੇ ਨੂੰ ਇਹ ਨਹੀਂ ਪਤਾ ਵੀ ਚਿੱਠੀ ਨਿਕਲੀ ਹੈ ਕਿ ਨਹੀਂ ਨਿਕਲੀ ਆ। ਇਹ ਜਿਹੜੀ ਚਿੱਠੀ ਨਿਕਲੀ ਆ, ਇਹ ਮੈਡਮ ਦੇ ਸਦਕਾ ਅਤੇ ਯੂਨੀਅਨ ਦੀ ਸੰਘਰਸ਼ ਦੇ ਸਦਕਾ ਨਿਕਲੀ ਆ, ਬਾਕੀ ਕਿਸੇ ਵੀ ਇਹਦੇ ਵਿੱਚ ਪੋਲੀਟੀਕਲ ਪਾਰਟੀ ਦਾ ਕੋਈ ਯੋਗਦਾਨ ਨਹੀਂ। ਕਹਿਣ ਦਾ ਮਤਲਬ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਯੂਨੀਅਨ ਦੇ ਨਾਲ ਖਿਲਵਾੜ ਕਰਦੀਆਂ ਨਜ਼ਰ ਆਈਆਂ? ਦੇਖੋ ਜੀ, ਇਹ ਜਿੰਨੇ ਵੀ ਆ ਆਪਾਂ ਧਰਨੇ ਲਾਏ ਆ, ਤੁਸੀਂ ਵੀ ਸਮੇਂ ਸਮੇਂ ਸਿਰ ਕਵਰੀ ਕਰਨ ਆਏ ਹੈ, ਪਰ ਅੱਜ ਤੱਕ ਰਾਜਨੀਤਿਕ ਪਾਰਟੀਆਂ ਨੇ ਆਸ਼ਵਾਸਨ ਦੇ ਕੇ ਚੱਲ ਗਏ, ਉਸ ਤੋਂ ਬਾਅਦ ਕਿਸੇ ਨੇ ਸੁਣਨੇ ਲਈ ਆ। ਇਹ ਅੱਜ ਇਹ ਯੂਨੀਅਨ ਨੇ ਧਰਨਾ ਤਾਂ ਹੀ ਚੱਕਣਾ ਜਿੰਨਾ 'ਚ ਘਰਾ ਦੇਣੀ। ਕਹਿਣ ਦਾ ਮਤਲਬ ਕਿ ਕਿਤੇ ਨਾ ਕਿਸੇ ਤਰੀਕੇ ਨਾਲ ਕਿ ਯੂਨੀਅਨ ਨੂੰ ਇੱਕ ਆਸ ਜਾਗੀ ਹੈ, ਜਿਹੜੀ ਕਿ ਮੈਡਮ ਕਮਿਸ਼ਨਰ ਵੱਲੋਂ ਐਫਰਟ ਕਰਕੇ ਜਿਹੜੀ ਕਿ ਤੁਹਾਡੀ ਮਤਲਬ ਕਿ ਉੱਤੋਂ ਸਰਕਾਰ ਤੋਂ ਮਨਜ਼ੂਰੀ ਕਰਵਾਈ ਹੈ? ਦੇਖੋ, ਇਹ ਬਹੁਤ ਵੱਡਾ ਕੰਮ ਹੋਇਆ ਹੈ, ਕਿਉਂਕਿ ਅਸੀਂ ਪਠਾਨਕੋਟ ਤੋਂ ਸਾਡੇ ਜਿਹੜੇ ਇੱਥੇ ਸਫਾਈ ਸੇਵਕ ਯੂਨੀਅਨ ਨੇ ਹੜਤਾਲ ਕੀਤੀ ਸੀ, ਉੱਥੇ 374 ਬੰਦਿਆਂ ਨੂੰ ਆਰਡਰ ਮਿਲੇ ਸੀ। ਅਸੀਂ ਉਹ ਇਸ਼ੂ ਕੱਲ੍ਹ ਉਠਾਇਆ ਸੀਗਾ ਵੀ ਜੇ ਉਹਨਾਂ ਨੂੰ ਆਰਡਰ ਮਿਲ ਸਕਦੇ ਤਾਂ ਸਾਨੂੰ ਕਿਉਂ ਨਹੀਂ। ਉਹਦੇ ਵਿੱਚ ਮੈਡਮ ਨੇ ਵੀ ਉੱਥੇ ਚਿੱਠੀ ਪਾਈ ਆ, ਉਹਦਾ ਕਰਕੇ ਹੀ ਇਹ ਦੁਬਾਰਾ ਲੈਟਰ ਨਿਕਲਿਆ ਜੀ। ਤਾਂ ਕਹਿਣ ਦਾ ਮਤਲਬ ਕਿ ਜਲਦ ਤੋਂ ਜਲਦ ਹੁਣ ਹੜਤਾਲ ਖਤਮ ਹੋ ਸਕਦੀ ਆ? ਦੇਖੋ, ਜੇ ਸਾਡੀ ਪ੍ਰਸ਼ਾਸਨ ਗੱਲ ਸੁਣ ਲਵੇ, ਸਾਨੂੰ ਜਗ੍ਹਾ ਇੱਕ ਦੇ ਦੇਵੇ ਅਤੇ ਇੱਕ ਸਿੱਧੀ ਭਰਤੀ ਕਰਕੇ ਜਿਹੜੀ ਆਪਣੇ ਇੱਥੇ ਲੋਕਲ ਲੈਵਲ 'ਤੇ ਸਾਨੂੰ ਜਦੋਂ ਆਰਡਰ ਦੇ ਦੂਗਾ ਤਾਂ ਅਸੀਂ ਚੱਕ ਲਵਾਂਗੇ। ਅਭੀ ਜੀ, ਜੇ ਗੱਲ ਕਰੀਏ ਅੱਜ ਕੱਲ੍ਹ ਇੱਕ ਜਿਹੜੀ ਕਿ ਸਰਕਾਰ ਵੱਲੋਂ ਲੈਟਰ ਇਸ਼ੂ ਕੀਤੀ ਹੈ ਕਿ ਜਿਹਦੇ ਵਿੱਚ ਕਹਿ ਲਓ ਕਿ ਮੈਡਮ ਕਮਿਸ਼ਨਰ ਨੂੰ, ਨਗਰ ਨਿਗਮ ਨੂੰ ਅਥੋਰਿਟੀ ਦਿੱਤੀ ਕਿ ਜਿਹੜੀ ਕਿ ਡੀ ਸੀ ਰੇਟ 'ਤੇ ਭਰਤੀ ਕੀਤੀ ਜਾ। ਕਿੱਦਾਂ ਦੇਖਦੇ ਕਿ ਜਿਹੜੇ ਕਿ ਪਿਛਲੇ ਟਾਈਮ ਤੋਂ ਹੜਤਾਲ 'ਤੇ ਬੈਠੇ ਇਹ ਸਫਾਈ ਕਰਮਚਾਰੀ, ਤਾਂ ਉਹਨਾਂ ਨੂੰ ਮੰਗਾਂ ਜਿਹੜੇ ਕਿ ਕਾਮਿਆਂ ਦੀ ਭਰਤੀ ਦੀ ਉਹ ਪੂਰੀ ਹੋ ਰਹੀ ਆ ਵਾ, ਤੁਹਾਡੇ ਵੱਲੋਂ ਵੀ ਲੰਬੇ ਸਮੇਂ ਤੋਂ ਇਹਨਾਂ ਦੇ ਹੱਕ ਦੀ ਆਵਾਜ਼ ਉਠਾਈ ਜਾ ਰਹੀ ਸੀ, ਕਿੱਦਾਂ ਦੇਖਦੇ ਸਰਕਾਰ ਦੇ ਫੈਸਲੇ ਨੂੰ? ਦੇਖੋ ਜੀ, ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਰਥਲਾ, ਮੇਰੇ ਕੋਲ ਵੀ ਜਿਹੜਾ ਕੱਲ੍ਹ ਰਾਤ ਹੀ ਤੁਹਾਡੇ ਵਾਂਗੂ ਮੀਡੀਆ ਦੇ ਅਧਾਰਿਤ ਸੋਰਸਿਸ ਰਾਹੀਂ ਚਿੱਠੀ ਇੱਕ ਜਿਹੜੀ ਆ ਪੰਜਾਬ ਸਰਕਾਰ ਦੇ ਲੋਕਲ ਬੋਡੀ ਮਿਨਿਸਟਰੀ ਵੱਲੋਂ ਜਿਹੜੀ ਪਬਲਿਸ਼ ਹੋਈ ਆ ਉਹ ਪਹੁੰਚੀ ਸੀਗੀ। ਮੈਂ ਹਮੇਸ਼ਾ ਕਿਹਾ ਵਾ ਕਿ ਜਿੱਥੇ ਕੋਈ ਚੰਗਾ ਕੰਮ ਹੋਵੇਗਾ ਉਹਨੂੰ ਐਪਰੀਸ਼ੀਏਟ ਕਰਾਂਗੇ। ਹੁਣ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ, ਮੌਜੂਦਾ ਸਰਕਾਰ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਜਿਹੜੀ ਡੀ ਸੀ ਰੇਟ ਦੇ ਉੱਤੇ ਜਿਹੜੇ ਮੁਲਾਜ਼ਮ ਭਰਤੀ ਕਰਨੇ ਸੀ, ਜਿਹਦੇ ਵਿੱਚ ਸਫਾਈ ਸੇਵਕ ਸਫਾਈ ਸੀਵਰਮੈਨ ਜਿਹੜੀ ਲੰਬੇ ਸਮੇਂ ਤੋਂ ਰੋਕ ਲੱਗੀ ਪਈ ਸੀਗੀ, ਕਿਤੇ ਨਾ ਕਿਤੇ ਸਿਆਸਤ ਦੀ ਭੇਟ ਚੜਿਆ ਪਿਆ ਸੀ ਉਹ ਕੰਮ, ਜਿਹਦੇ ਵਿੱਚ ਮੌਜੂਦਾ ਜਿਹੜੀ ਕਾਰਪੋਰੇਸ਼ਨ ਆ ਕਾਂਗਰਸ ਅਤੇ ਕਾਂਗਰਸ ਕਾਬਜ਼ ਆ, ਅਤੇ ਇੱਕ ਪਾਸੇ ਜਿਹੜੀ ਮੌਜੂਦਾ ਸਰਕਾਰ ਦੇ ਕੁਝ ਕੁ ਨੁਮਾਇੰਦੇ ਉਹ 'ਚ ਜਿਹੜੀ ਆ ਖਰਾਬੀ ਕਰ ਰਹੇ ਸੀ। ਪਰ ਹੁਣ ਕਮਿਸ਼ਨਰ ਨਗਰ ਨਿਗਮ ਜਿਹੜੇ ਹੁਣ ਪੂਰੀਆਂ ਪਾਵਰਾਂ ਮਿਲ ਗਈਆਂ ਵਾ, ਨਗਰ ਨਿਗਮ ਨੂੰ ਪਾਵਰਾਂ ਮਿਲ ਗਈਆਂ ਵਾ ਕਿ ਜਲਦ ਤੋਂ ਜਲਦ ਜਿਹੜੀਆਂ ਅਸਾਮੀਆਂ ਵਾ ਉਹਨਾਂ ਨੂੰ ਭਰਤੀ ਕੀਤੀਆਂ ਜਾਵੇ, ਜੋ ਕਿ ਚਿੱਠੀ ਦੇ ਵਿੱਚ ਲਿਖਿਆ ਗਿਆ ਵਾ, ਅਤੇ ਉਹਨਾਂ ਨੇ ਇਹ ਵੀ ਸੁਨਿਸ਼ਚਿਤ ਕੀਤਾ ਵਾ ਕਿ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਇਹੋ ਜਿਹੇ ਐਜੀਟੇਸ਼ਨਸ ਨਾ ਹੋਣ, ਕੋਈ ਵੀ ਧਰਨਾ ਪ੍ਰਦਰਸ਼ਨ ਨਾ ਹੋਵੇ। ਅਤੇ ਜੇ ਹਾਲੇ ਵੀ ਕਿਸੇ ਇਸ ਤਰ੍ਹਾਂ ਦੀ ਭਰਤੀ ਨਹੀਂ ਹੁੰਦੀ, ਕਿਉਂਕਿ ਹੁਣ ਹਾਊਸ ਵਾਲਾ ਕੰਮ ਦੇ ਵਿੱਚੋਂ ਨਿਕਲ ਗਿਆ ਨਾ ਬਿਲਕੁਲ, ਜਿਹੜਾ ਇਹਨਾਂ ਨੇ ਹਮੇਸ਼ਾ ਲਾਰਾ ਲਾਇਆ ਹੁੰਦਾ ਸੀਗਾ ਕਿ ਸਾਡੇ ਆਗਾ ਹੋਣਗੇ, ਹਾਊਸ ਦੀ ਮੀਟਿੰਗ ਹੋਊਗੀ, ਕਮਿਸ਼ਨਰ ਵਿੱਚ ਬੈਠੂਗੇ, ਮਤਾ ਪਾਸ ਹੋਊਗਾ। ਹੁਣ ਤਾਂ ਜਿਹੜੀ ਪੰਜਾਬ ਸਰਕਾਰ ਨੇ ਫੁੱਲ ਫਲੈਜ ਤਾਕਤ ਦੇ ਦਿੱਤੀ ਕਮਿਸ਼ਨਰ ਕਾਰਪੋਰੇਸ਼ਨ ਨੂੰ, ਸੋ ਹੁਣ ਚਾਹੀਦਾ ਭਰਤੀ ਜਲਦ ਤੋਂ ਜਲਦ 175 ਮੁਲਾਜ਼ਮਾਂ ਦੀ ਕੀਤੀ ਜਾਵੇ ਤਾਂ ਕਿ ਗਰੀਬ ਪਰਿਵਾਰਾਂ
ਨੂੰ ਰੋਜ਼ੀ ਰੋਟੀ ਮਿਲ ਸਕੇ ਅਤੇ ਕਪੂਰਥਲੇ ਸ਼ਹਿਰ ਦਾ ਜੋ ਹਾਲ ਆ ਉਹ ਠੀਕ ਹੋ ਸਕੇ, ਕੂੜਾ ਜਿਹੜਾ ਵਾ ਉਹ ਖਤਮ ਹੋ ਸਕੇ। ਸੋ ਇਹ ਜਿਹੜੀਆਂ ਗੱਲਾਂ ਬੜੀਆਂ ਚੰਗੀਆਂ ਹੋਈਆਂ ਵਾ। ਪਰ ਹਾਲੇ ਸਵਾਲ ਪੈਦਾ ਹੁੰਦਾ ਵਾ ਡੰਪ ਦੀ ਜਿਹੜੀ ਕਿ ਜਗ੍ਹਾ ਸੁਨਿਸ਼ਚਿਤ ਕਰਨ ਲਈ ਕਿਤੇ ਨਾ ਕਿਤੇ ਹਾਊਸ ਦੀ ਕਹਿ ਲਓ ਕਿ ਮਨਜ਼ੂਰੀ ਜ਼ਰੂਰੀ ਆ। ਦੇਖੋ ਜੀ, ਮਨਜ਼ੂਰੀ ਤਾਂ 175 ਮੁਲਾਜ਼ਮਾਂ ਦੀ ਵੀ ਕਹਿੰਦੇ ਹੁੰਦੇ ਸੀ, ਹਾਊਸ ਦੀ ਬਹੁਤ ਜ਼ਰੂਰੀ ਆ। ਦੇਖੋ ਹੁਣ ਸਰਕਾਰ ਦੇ ਭਾਵੇਂ ਜਿਹੜੀ ਆ ਜ਼ਮੀਰ ਜਾਗੀ ਆ, ਜਿਹਦੀ ਮਰਜ਼ੀ ਕਹਿ ਲਓ, ਭਾਵੇਂ ਕਮਿਸ਼ਨਰ ਦੀ ਐਫਰਟਸ ਕਹਿ ਲਓ, ਭਾਵੇਂ ਸਾਡੇ ਵੱਲੋਂ ਸਮੇਂ ਸਮੇਂ 'ਤੇ DC ਸਾਹਿਬ ਨੂੰ 175 ਮੁਲਾਜ਼ਮਾਂ ਲਈ ਮੰਗ ਪੱਤਰ ਦਿੱਤਾ ਗਿਆ, ਭਗਵੰਤ ਮਾਨ ਸਾਹਿਬ ਜੀ ਦੇ ਨਾਮ ਦੇ ਉੱਤੇ ADC ਨੂੰ ਵਾਰ ਵਾਰ ਮੰਗ ਪੱਤਰ ਦਿੱਤੇ ਗਏ, ਹਰੇਕ ਕਿਸੇ ਦੀ ਮਿਹਨਤ ਨੂੰ ਬੂਰ ਪਿਆ ਵਾ। ਹੁਣ ਜਿਹੜੀ ਹਾਊਸ ਵਾਲਾ ਕੰਮ ਉਹ 'ਚੋਂ ਜਿੱਦਾਂ ਖਤਮ ਹੋਇਆ, ਹੁਣ ਦੂਜਾ ਕੰਮ ਆ, ਇੱਕ ਐਫਰਟ ਸਰਕਾਰ ਨੇ ਕਰ ਦਿੱਤੀ। ਅਤੇ ਜੇ ਹੁਣ ਹਾਊਸ ਦੀ ਮੀਟਿੰਗ ਹਾਲੇ ਵੀ ਇਹ ਉਡੀਕਦੇ ਆ ਕਿ ਉਹਨਾਂ ਦੇ ਆਕਾ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਆਉਣਗੇ ਅਤੇ ਡੰਪ ਲਈ ਜਗ੍ਹਾ ਜਿਹੜੀ ਮੁਹੱਈਆ ਹੋਊਗੀ, ਮੈਂ ਇਹਨਾਂ ਨੂੰ ਇੱਕ ਗੱਲ ਬੇਨਤੀ ਕਰਦਾ ਕੌਂਸਲਰ ਸਾਹਿਬਾਨਾਂ ਨੂੰ ਅਤੇ ਮੇਅਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਸਾਹਿਬਾਨਾਂ ਨੂੰ ਕਿ ਹੁਣ ਤੁਹਾਡੇ ਕੋਲ ਇੱਕ ਮੌਕਾ ਹੀ ਬਚਿਆ ਵਾ। ਪਹਿਲਾ ਮੌਕਾ ਜਿਹ 'ਚ ਤੁਸੀਂ ਕ੍ਰੈਡਿਟ ਵਾਰ ਕਰਦੇ ਹੋ ਖਤਮ ਹੋ ਗਿਆ ਭਰਤੀ ਵਾਲਾ, ਹੁਣ ਤੁਸੀਂ ਜੇ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਅਗਲੀ ਵੀ ਥੋੜ੍ਹੀਆਂ ਬਹੁਤੀਆਂ ਵੋਟਾਂ ਪਾ ਦੇਣ, ਇਹ ਕੂੜੇ ਦੀ ਡੰਪ ਦੀ ਜਿਹੜੀ ਮੀਟਿੰਗ ਆ, ਭਾਵੇਂ ਤੁਹਾਡੇ ਜਿਹੜੇ ਬੋਸ ਆ ਰਾਣਾ ਗੁਰਜੀਤ ਸਿੰਘ ਉਹ ਨਾਨ, ਤੁਸੀਂ ਹਾਊਸ ਦੀ ਮੀਟਿੰਗ ਕਰਕੇ ਕੂੜੇ ਡੰਪ ਦੀ ਸਮੱਸਿਆ ਹੱਲ ਕਰਵਾਓ, ਨਹੀਂ ਤਾਂ ਇਹ ਵੀ ਕੰਮ ਤੁਹਾਡੇ ਹੱਥੋਂ ਜਾਂਦੇ ਲੈਣਾ ਅਤੇ ਫਿਰ ਆਉਣ ਵਾਲੇ ਸਮੇਂ 'ਚ ਲੋਕ ਤੁਹਾਡੇ ਦਫ਼ਤਰਾਂ 'ਚ ਪਹੁੰਚ ਕੇ ਤੁਹਾਡੇ ਅਸਤੀਫੇ ਮੰਗਣਗੇ। ਜੋ ਵੀ ਵੋਟ ਮੰਗਣ ਜਾਓਗੇ ਤੁਹਾਨੂੰ ਵੋਟ ਨਹੀਂ, ਵੋਟ ਦੇ ਬੱਲੇ ਰੋਸ ਮਿਲੇਗਾ ਲੋਕਾਂ ਦਾ। ਸੋ ਇਹ ਜਲਦ ਤੋਂ ਜਲਦ ਕੂੜੇ ਡੰਪ ਦੀ ਸਮੱਸਿਆ ਹੱਲ ਕੀਤੀ ਜਾਵੇ। ਸੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਕਾਬਜ਼ ਜਾਂ ਕਾਂਗਰਸ ਉਹਨਾਂ ਲਈ ਬਹੁਤ ਮਾੜਾ ਹੋਵੇਗਾ।